ਦੋਸ਼ੀ ਬੜਿਆ ਕੀ ਮਾਮਲਾ ਹੈ ਜੀ? ਸਾਡੇ ਮਾਨਯੋਗ ਡਾਕਟਰ ਸੁਖਚੈਨ ਸਿੰਘ ਗਿੱਲ IPS ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਨਸ਼ਾ ਵੇਚਣ ਵਾਲੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS DCP ਡਿਟੈਕਟਿਵ ਅਤੇ ADCP ਜਗਰਾਜ ਸਿੰਘ ਜੀ, ਅੰਮ੍ਰਿਤਸਰ ਸਰਦਾਰ ਹਰਮਿੰਦਰ ਸਿੰਘ ਸੰਧੂ ADCP ਡਿਟੈਕਟਿਵ, ਜਿਨ੍ਹਾਂ ਦੀ ਰਹਿਨੁਮਾਈ ਹੇਠ ਨਿਗਰਾਨੀ ਹੇਠ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਸਾਹਿਬ ਇੰਚਾਰਜ ਐਕਸਾਈਜ਼ ਸਟਾਫ ਨੂੰ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਦੀ ਟੀਮ ਗਸ਼ਤ ਕਰਦੀ ਹੋਈ ਰਾਜ ਟਰਾਂਸਪੋਰਟ ਦੇ ਲਾਗੇ ਪਹੁੰਚੀ ਤਾਂ ਇੱਕ ਮੋਨੇ ਨੌਜਵਾਨ ਨੂੰ ਉੱਥੋਂ ਕਾਬੂ ਕੀਤਾ, ਜਿਹਦੇ ਹੱਥ ਵਿੱਚ ਉਹਦੀ ਤਲਾਸ਼ੀ ਕਰਨ ਦਾ ਬੋਰੀ ਦੀ ਤਲਾਸ਼ੀ ਕਰਨ 'ਤੇ ਉਹਦੇ ਵਿੱਚੋਂ ਭੁੱਕੀ ਬਰਾਮਦ ਹੋਈ, 9 ਕਿਲੋ ਭੁੱਕੀ ਬਰਾਮਦ ਹੋਈ, ਜਿਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਅੱਜ ਮਾਨਯੋਗ ਕੋਰਟ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ, ਜਿਸ ਦਾ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕਰਕੇ ਜੋ ਹੋਰ ਵੀ ਜੋ ਵੀ ਉਹਦੇ ਤੋਂ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਆਪਣੇ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇ। ਦੋਸ਼ੀ ਦਾ ਨਾਮ ਨਰਿੰਦਰ ਕੁਮਾਰ ਆ, ਨਰਿੰਦਰ ਕੁਮਾਰ ਉਰਫ ਸੰਨੀ ਪੁੱਤਰ ਤਿਲਕ ਰਾਜ ਵਾਸੀ ਹੁਸੈਨਪੁਰ। ਇੱਥੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਫਿਰ ਵੀ ਇਹਨਾਂ ਦੇ ਮਤਲਬ ਥਾਣੇ ਤੋਂ ਪਤਾ ਕੀਤਾ ਜਾਊਗਾ ਅਤੇ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਦੇ ਮੁਤਾਬਕ ਕਾਰਵਾਈ। ਹੁਣ ਇਹਦੇ ਖਿਲਾਫ਼ ਮੁਕੱਦਮਾ ਹੁੰਦਾ 199 15-65 ਦੇ ਤਹਿਤ ਥਾਣਾ BDIVISION ਦਰਜ ਕੀਤਾ ਗਿਆ ਅਤੇ ਹੁਣ ਇਹਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ, ਜੋ ਕੋਰਟ ਤੋਂ ਇਹਦਾ ਰਿਮਾਂਡ ਹਾਸਲ ਕਰਕੇ ਅਤੇ ਅਗਲੀ ਕਾਰਵਾਈ ਜਿਹੜੀ ਉਹ ਅਮਲ ਵਿੱਚ ਲਿਆਉਂਦੀ ਜਾਊਗੀ। ਸਾਡੇ ਮਾਨਯੋਗ ਡਾਕਟਰ ਸੁਖਚੈਨ ਸਿੰਘ ਗਿੱਲ IPS ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਨਸ਼ਾ ਵੇਚਣ ਵਾਲੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS DCP ਡਿਟੈਕਟਿਵ ਅਤੇ ADCP ਜਗਰਾਜ ਸਿੰਘ ਜੀ, ਅੰਮ੍ਰਿਤਸਰ ਸਰਦਾਰ ਹਰਮਿੰਦਰ ਸਿੰਘ ਸੰਧੂ ADCP ਡਿਟੈਕਟਿਵ, ਜਿਨ੍ਹਾਂ ਦੀ ਰਹਿਨੁਮਾਈ ਹੇਠ ਨਿਗਰਾਨੀ ਹੇਠ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਸਾਹਿਬ ਇੰਚਾਰਜ ਐਕਸਾਈਜ਼ ਸਟਾਫ ਨੂੰ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਦੀ ਟੀਮ ਗਸ਼ਤ ਕਰਦੀ ਹੋਈ ਰਾਜ ਟਰਾਂਸਪੋਰਟ ਦੇ ਲਾਗੇ ਪਹੁੰਚੀ ਤਾਂ ਇੱਕ ਮੋਨੇ ਨੌਜਵਾਨ ਨੂੰ ਉੱਥੋਂ ਕਾਬੂ ਕੀਤਾ, ਜਿਹਦੇ ਹੱਥ ਵਿੱਚ ਉਹਦੀ ਤਲਾਸ਼ੀ ਕਰਨ ਦਾ ਬੋਰੀ ਦੀ ਤਲਾਸ਼ੀ ਕਰਨ 'ਤੇ ਉਹਦੇ ਵਿੱਚੋਂ ਭੁੱਕੀ ਬਰਾਮਦ ਹੋਈ, 9 ਕਿਲੋ ਭੁੱਕੀ ਬਰਾਮਦ ਹੋਈ, ਜਿਹਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅੱਜ ਮਾਨਯੋਗ ਕੋਰਟ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ, ਜਿਸ ਦਾ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕਰਕੇ ਜੋ ਹੋਰ ਵੀ ਜੋ ਵੀ ਉਹਦੇ ਤੋਂ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਆਪਣੇ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇ। ਦੋਸ਼ੀ ਦਾ ਨਾਮ ਨਰਿੰਦਰ ਕੁਮਾਰ ਆ, ਨਰਿੰਦਰ ਕੁਮਾਰ ਉਰਫ ਸੰਨੀ ਪੁੱਤਰ ਤਿਲਕ ਰਾਜ ਵਾਸੀ ਹੁਸੈਨਪੁਰ। ਇੱਥੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਫਿਰ ਵੀ ਇਹਨਾਂ ਦੇ ਮਤਲਬ ਥਾਣੇ ਤੋਂ ਪਤਾ ਕੀਤਾ ਜਾਊਗਾ ਅਤੇ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਹਦੇ ਮੁਤਾਬਕ ਕਾਰਵਾਈ। ਹੁਣ ਇਹਦੇ ਖਿਲਾਫ਼ ਮੁਕੱਦਮਾ ਹੁੰਦਾ 199 15-65 ਦੇ ਤਹਿਤ ਥਾਣਾ BDIVISION ਦਰਜ ਕੀਤਾ ਗਿਆ ਅਤੇ ਹੁਣ ਇਹਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ, ਜੋ ਕੋਰਟ ਤੋਂ ਇਹਦਾ ਰਿਮਾਂਡ ਹਾਸਲ ਕਰਕੇ ਅਤੇ ਅਗਲੀ ਕਾਰਵਾਈ ਜਿਹੜੀ ਉਹ ਅਮਲ ਵਿੱਚ ਲਿਆਉਂਦੀ ਜਾਊਗੀ।